ਗੱਲ ਕਿਸਾਨਾਂ ਅਤੇ ਕਿਸਾਨੀ ਦੀ, ਗੱਲ ਕਿਸਾਨਾਂ ਦੀਆਂ ਸਮੱਸਿਆਵਾਂ ਦੀ, ਗੱਲ ਦੁਨੀਆ ਦਾ ਢਿੱਡ ਭਰਨ ਵਾਲੇ ਅੰਨਦਾਤਾ ਦੀ, ਗੱਲ ਖੇਤੀ ਨੂੰ ਮੁੜ ਵਿਰਾਸਤ ਵੱਲ ਲੈ ਜਾਣ ਦੀ, ਗੱਲ ਖੇਤੀ ਨੂੰ ਮਾਡਰਨ ਤਰੀਕੇ ਨਾਲ ਕਰਨ ਦੀ, ਕਿਸਾਨਾਂ ਦੇ ਨਾਲ ਕਿਸਾਨੀ ਦੀ ਖਾਸ ਗੱਲਬਾਤ। ਜੁੜੋ ਆਪਣੀ ਖੇਤੀ ਪ੍ਰੋਗਰਾਮ ਦੇ ਨਾਲ ਸਿਰਫ ਟੀਵੀ NRI 'ਤੇ। ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਘਟਦੀ ਆਮਦ ਦੇ ਚੱਲਦੇ ਝੋਨੇ ਦੇ ਸੀਜ਼ਨ ਦੌਰਾਨ ਲੇਬਰ ਕਿਸਾਨਾਂ ਵਾਸਤੇ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਝੋਨੇ ਦੀ ਲਵਾਈ ਦੇ ਦਿਨਾਂ ਵਿੱਚ ਅਕਸਰ ਕਿਸਾਨ ਲੇਬਰ ਦੀ ਭਾਲ ਵਿੱਚ ਰੇਲਵੇ ਸਟੇਸ਼ਨਾਂ 'ਤੇ ਤੁਹਾਨੂੰ ਦਿਖਾਈ ਦਿੰਦੇ ਹਨ। 13 ਜੂਨ ਤੋਂ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਿਸਾਨ ਤਿਆਰੀਆਂ ਜ਼ਰੂਰ ਖਿੱਚ ਰਹੇ ਹਨ, ਪਰ ਝੋਨੇ ਦੀ ਲਵਾਈ ਵਾਸਤੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਆ ਰਹੀ ਹੈ। ਅਜਿਹੇ ਵਿੱਚ ਸੁਲਤਾਨਪੁਰ ਲੋਧੀ ਖੇਤਰ ਦੇ ਕਿਸਾਨ ਜੋਗਾ ਸਿੰਘ ਹੋਰਨਾਂ ਕਿਸਾਨਾਂ ਨਾਲ ਮਿਲ ਕੇ ਲੇਬਰ ਦੀ ਸਮੱਸਿਆ ਦਾ ਹੱਲ ਕਰਨ ਲਈ ਅੱਗੇ ਆਏ ਹਨ। ਕਿਸਾਨ ਜੋਗਾ ਸਿੰਘ ਨੇ ਕਰੀਬ 500 ਏਕੜ ਰਕਬੇ ਵਿੱਚ ਮਸ਼ੀਨ ਨਾਲ ਝੋਨੇ ਦੀ ਲਵਾਈ ਕਰਨ ਦੀ ਯੋਜਨਾ ਬਣਾਈ ਹੈ। ਉਹ ਨਾ ਸਿਰਫ ਆਪਣੇ ਖੇਤਾਂ ਵਿੱਚ ਮਸ਼ੀਨ ਨਾਲ ਝੋਨਾ ਬੀਜਣਗੇ, ਬਲਕਿ ਹੋਰਨਾਂ ਕਿਸਾਨਾਂ ਦੇ ਖੇਤਾਂ ਵਿੱਚ ਵੀ ਕਿਰਾਏ 'ਤੇ ਮਸ਼ੀਨ ਨਾਲ ਝੋਨੇ ਦੀ ਲਵਾਈ ਕਰਨਗੇ। ਇਸ ਮੰਤਵ ਲਈ ਉਹਨਾਂ ਨੇ ਕੁੱਲ 3 ਮਸ਼ੀਨਾਂ ਖਰੀਦੀਆਂ ਹਨ। ਇਹਨਾਂ ਵਿੱਚੋਂ ਇੱਕ ਮਸ਼ੀਨ ਦੀ ਕੀਮਤ ਕਰੀਬ 3 ਲੱਖ ਰੁਪਏ ਹੈ, ਜਿਸ ਉੱਤੇ ਸਰਕਾਰ ਵੱਲੋਂ 40% ਦੀ ਸਬਸਿਡੀ ਦਿੱਤੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਮਸ਼ੀਨ ਇੱਕ ਦਿਨ ਵਿੱਚ ਕਰੀਬ 6 ਏਕੜ ਝੋਨਾ ਲਗਾ ਦਿੰਦੀ ਹੈ। ਜ਼ਿਕਰਯੋਗ ਹੈ ਕਿ ਮਸ਼ੀਨ ਨਾਲ ਝੋਨੇ ਦੀ ਲਵਾਈ ਕਰਨ ਲਈ ਪਨੀਰੀ ਨੂੰ ਆਮ ਪਨੀਰੀ ਨਾਲੋਂ ਅਲੱਗ ਤਰੀਕੇ ਨਾਲ ਬੀਜਣਾ ਪੈਂਦਾ ਹੈ। ਇਸ ਵਾਸਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤੀ ਵਿਗਿਆਨੀ ਵੀ ਕਿਸਾਨਾਂ ਦੀ ਸਹਾਇਤਾ ਕਰ ਰਹੇ ਹਨ। ਲੇਬਰ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਸਾਨਾਂ ਦੀ ਪਹਿਲ ਨੂੰ ਪੇਸ਼ ਕਰਦੀ ਦੇਖੋ ਸਾਡੇ ਬਿਊਰੋ ਜਰਨਲਿਸਟ ਇੰਦਰਜੀਤ ਸਿੰਘ ਚਾਹਲ ਦੀ ਇਹ ਗਰਾਊਂਡ ਰਿਪੋਰਟ। ਕਣਕ ਤੋਂ ਬਾਅਦ ਜਿਹੜਾ ਝੋਨਾ ਹੈ ਉਹਨੂੰ ਪੰਜਾਬ ਦੀ ਮੁੱਖ ਫਸਲ ਮੰਨਿਆ ਜਾਂਦਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਇੱਥੇ ਜਿਹੜੀ ਲੇਬਰ ਦੀ ਸਮੱਸਿਆ ਕਿਸਾਨਾਂ ਨੂੰ ਇੱਕ ਵੱਡੀ ਸਮੱਸਿਆ ਦੇ ਰੂਪ ਵਿੱਚ ਉੱਭਰ ਕੇ ਆਈ ਹੈ। ਉਹ ਇਸ ਸਮੱਸਿਆ ਨਾਲ ਕਿਸਾਨ ਜੂਝਦਾ ਹੈ ਹਰ ਵਾਰ। ਇਸ ਵਾਰ ਵੀ ਜਿਹੜਾ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ, ਕਿਸਾਨ ਪਨੀੜੀਆਂ ਦੀ ਜਿਹੜੀ ਬਿਜਾਈ ਆ ਉਹਦੇ ਵਿੱਚ ਵਿਅਸਤ ਹੋ ਗਿਆ, ਪਰ ਇਸ ਵਾਰ ਲੇਬਰ ਦੀ ਸਮੱਸਿਆ ਨਾ ਆਵੇ ਇਸ ਨੂੰ ਲੈ ਕੇ ਸੁਲਤਾਨਪੁਰ ਲੋਧੀ ਜਿਹੜਾ ਤਹਿਸੀਲ ਆ ਉੱਥੇ ਦੇ ਕੁਝ ਕਿਸਾਨਾਂ ਨੇ ਉਪਰਾਲਾ ਕੀਤਾ। ਉਹਨਾਂ ਨੇ ਇੱਕ ਜਿਹੜੀ ਮਸ਼ੀਨੀ ਤਕਨੀਕ ਆ ਉਹਦੇ ਨਾਲ ਜਿਹੜਾ ਇਸ ਵਾਰ ਝੋਨੇ ਦੀ ਬਿਜਾਈ ਕਰਨ ਨੂੰ ਲੈ ਕੇ ਇੱਕ ਤਰ੍ਹਾਂ ਦਾ ਗਰੁੱਪ ਬਣਾਇਆ ਹੈ। ਉਹ ਖੁਦ ਵੀ ਖੇਤੀ ਕਰਦੇ ਨੇ, ਮਸ਼ੀਨਾਂ ਦੀ ਦੁਕਾਨ ਵੀ ਹੈ, ਉਹਨਾਂ ਦੀ ਬਿਜ਼ਨਸ ਹੈ। ਸਾਡੇ ਨਾਲ ਮੌਜੂਦ ਨੇ ਥਿੰਦ ਸਾਹਿਬ, ਗੱਲਬਾਤ ਕਰਦੇ ਹਾਂ। ਸਰ, ਕਿਸ ਤਰ੍ਹਾਂ ਤੁਸੀਂ ਜਿਹੜੀ ਪਲੈਨਿੰਗ ਕੀਤੀ ਅੱਜ ਦੀ ਜਿਹੜੀ ਝੋਨੇ ਸੀਜ਼ਨ ਨੂੰ ਲੈ ਕੇ? ਸਰ, ਇਸ ਵੇਲੇ ਨਾ ਖੇਤੀਬਾੜੀ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈਗੀ ਲੇਬਰ। ਲੇਬਰ ਦੀ ਸਮੱਸਿਆ ਨੂੰ ਜਿੱਦਾਂ ਹੁਣ ਝੋਨੇ ਦਾ ਸੀਜ਼ਨ ਆ ਗਿਆ, ਉਹਦੇ ਵਾਸਤੇ ਸਾਨੂੰ ਸਭ ਤੋਂ ਵੱਡੀ ਸਿਰਦਰਦੀ ਸੀਗੀ ਵੀ ਝੋਨਾ ਮਸ਼ੀਨਾਂ ਨਾਲ ਲਾਈਏ ਅਤੇ ਲੇਬਰ ਤੋਂ ਖੈੜਾ ਛੁੱਟੇ। ਲੇਬਰ ਇੱਕ ਇੱਦਾਂ ਦਾ ਪੰਜਾਬ ਨੂੰ ਸਰਾਫ ਹੋ ਚੁੱਕਾ ਵਾ, ਮਸ਼ੀਨ ਜਿਹੜਾ ਲੇਬਰ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ। ਔਰ ਅਸੀਂ ਜਿਹੜਾ ਹੈਗਾ ਟੋਟਲ ਹੀ ਝੋਨਾ ਮਸ਼ੀਨਾਂ ਨਾਲ ਲਾਉਣਾ ਸ਼ੁਰੂ ਕਰ ਰਹੇ ਹਾਂ। ਸ਼ਕਤੀਮਾਨ ਕੰਪਨੀ ਪੈਡੀਰੋਪਕ ਨਾਂ 'ਤੇ ਇੱਕ ਮਸ਼ੀਨ ਲੈ ਕੇ ਆਈ ਆ ਝੋਨਾ ਲਾਉਣ ਵਾਲੀ, ਉਹ ਦਿਨ ਦੇ ਵਿੱਚ 4 ਤੋਂ 5 ਏਕੜ ਝੋਨਾ ਲਾਏਗੀ। ਉਹਦੇ 'ਚ ਅਸੀਂ 2 ਮਸ਼ੀਨਾਂ ਖੁਦ ਆਪ ਚਲਾ ਰਹੇ ਹਾਂ ਔਰ ਉਹਦੇ 'ਚ ਅਸੀਂ 6 ਮੁੰਡਿਆਂ ਨੂੰ ਹਾਇਰ ਕੀਤਾ ਵਾ, ਉਹ ਮਸ਼ੀਨਾਂ ਨੂੰ ਇਹਨਾਂ ਨੂੰ ਚਲਾਉਣਗੇ। ਲਗਭਗ 300 ਏਕੜ ਝੋਨਾ ਜਿਹੜਾ ਅਸੀਂ ਉਹ ਆਪਣੀਆਂ ਇਹਨਾਂ 2 ਮਸ਼ੀਨਾਂ ਨਾਲ ਚਲਾਵਾਂਗੇ ਆਪਦੇ ਪਿੰਡ ਵਿੱਚ ਔਰ ਅਲਾਗਲੇ ਪਿੰਡਾਂ ਦੇ ਵਿੱਚ। ਜਿਹਨੇ ਫਾਰਮਰ ਨੇ ਨਰਸਰੀ ਸਾਡੇ ਕੋਲੋਂ ਬਿਜਾਉਣੀ ਆ ਉਹਦੇ ਕੋਲੋਂ ਅਸੀਂ 4000 ਏਕੜ ਦਾ ਲਵਾਂਗੇ, ਔਰ ਜਿਹੜੇ ਜ਼ਿਮੀਂਦਾਰਾਂ ਨੇ ਨਰਸਰੀ ਆਪ ਬੀਜ ਲੈਣੀ ਆ ਉਹ ਜੋ ਨੋਰਮਲ ਰੇਟ ਆ 3000 ਰੁਪਈਆ ਲੇਬਰ ਲੈਂਦੀ ਆ, 3000 ਲੈ ਕੇ ਅਸੀਂ ਇਹ ਝੋਨਾ ਲਾਵਾਂਗੇ। ਇਹ ਝੋਨੇ ਦੀ ਖਾਸੀਅਤ ਇਹ ਆ ਜਿਹੜਾ ਬਈਏ ਝੋਨਾ ਲਾਉਂਦੇ ਆ, ਲੇਬਰ ਲਾਉਂਦੀ ਆ, ਉਹ 40 ਤੋਂ 45 ਹਜ਼ਾਰ ਬੂਟਾ ਖੇਤ ਦੇ ਵਿੱਚ ਲੱਗਦਾ ਵਾ। ਜੋ ਇਹ ਮਸ਼ੀਨਾਂ ਲਾਉਂਦੀਆਂ ਵਾ ਤਕਰੀਬਨ 90 ਤੋਂ 95 ਹਜ਼ਾਰ ਬੂਟਾ ਖੇਤ ਦੇ ਵਿੱਚ ਲਾਉਂਦੀਆਂ ਵਾ, ਔਰ ਇਹ ਬੂਟੇ ਜਿਹੜੇ ਆ ਇਹ ਲਾਈਨਾਂ 'ਚ ਹੋਣ ਕਰਕੇ, ਜਿਸ ਤਰ੍ਹਾਂ ਇਹ ਨਰਸਰੀ ਬੀਜੀ ਹੋਈ ਆਪਾਂ, ਲਾਈਨਾਂ 'ਚ ਹੋਣ ਕਰਕੇ ਜਿਹੜੀ ਉਹਦੇ ਵਿੱਚ ਹਵਾ ਦੀ ਕਰੋਸਿੰਗ, ਧੁੱਪ, ਉਹ ਸਾਰਾ ਕੁਛ ਉਹਨੂੰ ਮਿਲਦਾ ਵਾ। ਜਿਹੜੀਆਂ ਫੰਗਸ ਵਾਲੀਆਂ ਬਿਮਾਰੀਆਂ ਵਾ ਉਹ ਸਾਡੇ ਖੇਤਾਂ ਵਿੱਚ ਨਹੀਂ ਆਉਣਗੀਆਂ, ਸਾਡੇ ਜਿਹੜੇ ਉਹ ਜ਼ਹਿਰਾਂ ਦੇ ਖਰਚੇ ਉਹ ਘਟਣਗੇ।
ਪਲੱਸ ਸਾਡੇ ਜਿਹੜੇ ਖਾਦਾਂ ਦੇ ਖਰਚੇ ਆ, ਅਸੀਂ 45,000 ਬੂਟਾ ਲਾ ਕੇ ਮੁੜ ਕੇ ਉਹਨੂੰ ਯੂਰੀਆ ਪਾ ਕੇ ਉਹਨੂੰ ਵੱਡਾ ਕਰੀ ਜਾਂਦੇ ਹਾਂ। ਜੇ 90,000 ਬੂਟਾ ਲੱਗਾ ਹੋਊਗਾ, ਡਬਲ ਬੂਟੇ ਲੱਗੇ ਹੋਣਗੇ, ਤਾਂ ਸਾਡਾ ਖਾਦ ਦਾ ਖਰਚਾ ਵੀ ਘਟੂਗਾ। ਜਦੋਂ ਖਾਦ ਦਾ ਖਰਚਾ ਘੱਟ ਗਿਆ, ਆਟੋਮੈਟਿਕਲੀ ਆ ਸਾਡੇ ਪੈਸਟੀਸਾਈਡ ਦੇ ਖਰਚੇ ਜਿਹੜੇ ਉਹ ਘਟਣਗੇ। ਇਹ ਮਸ਼ੀਨ ਕਿੰਨੇ ਦੀ ਆ, ਕਿੰਨੀ ਇਹਦੀ ਕੀਮਤ ਆ, ਕਿ ਸਰਕਾਰ ਇੱਥੇ ਕੋਈ ਉਪਦਾਨ ਵੀ ਦੇ ਰਹੀ ਆ? ਇਹ ਮਸ਼ੀਨ ਜਿਹੜੀ ਪੈਡੀਰੋਪਿਕ ਸ਼ਕਤੀਮਾਨ ਦਾ ਵਾ, ਇਹ 2,80,000 ਦੀ ਮਸ਼ੀਨ ਆ, ਔਰ ਇਹਦੇ 'ਤੇ 1,20,000 ਸਬਸਿਡੀ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਰਹੀ ਆ। ਔਰ ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ, ਬਹੁਤ ਸਤਰਕ ਆ। ਸਾਡਾ ਡਿਪਾਰਟਮੈਂਟ ਅਲੱਗ ਅਲੱਗ ਜਗ੍ਹਾ 'ਤੇ ਕੈਂਪ ਲਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਵਾ ਵੀ ਤੁਸੀਂ ਝੋਨੇ ਦਾ ਮਸ਼ੀਨੀਕਰਨ ਕਰੋ, ਤਾਂ ਕਿ ਤੁਹਾਡੇ ਜਿਹੜੇ ਉਹ ਝੋਨੇ ਦੇ ਖਰਚੇ ਔਰ ਦਵਾਈਆਂ ਦੇ ਖਰਚੇ ਜਿਹੜੇ ਉਹ ਘੱਟ ਸਕਣ। ਇਹ ਜਿਹੜੀ ਤਕਨੀਕ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਾਫੀ ਸਮਾਂ ਪਹਿਲਾਂ ਵਿਕਸਿਤ ਕੀਤੀ ਸੀ, ਫਿਰ ਅਪਣਾਉਣ 'ਚ ਤੁਸੀਂ ਇੰਨੇ ਲੇਟ ਕਿਉਂ ਹੋ ਗਏ? ਉਹਦੇ ਦੋ ਕਾਰਨ ਮੈਂ ਸਮਝਦਾ ਜੀ। ਇੱਕ ਤਾਂ ਜਿਹੜੀਆਂ ਇਹ ਮਸ਼ੀਨਾਂ ਬਹੁਤ ਮਹਿੰਗੀਆਂ ਸੀਗੀਆਂ ਔਰ ਸਬਸਿਡੀ ਜਿਹੜੀ ਉਹ ਬਹੁਤ ਘੱਟ ਸੀਗੀ, ਔਰ ਦੂਜਾ ਸਭ ਤੋਂ ਵੱਡਾ ਕਾਰਨ ਸੀ ਵੀ ਜਿਹੜੀਆਂ ਇਹ ਮਸ਼ੀਨਾਂ ਸੀ ਇਹ ਸਿਰਫ ਸ਼ੋਰੂਮਾਂ ਦੇ ਵਿੱਚ ਸੱਜੀਆਂ ਹੋਈਆਂ ਸੀ, ਫੀਲਡ ਵਿੱਚ ਨਹੀਂ ਸੀ ਗਈਆਂ। ਮੈਂ ਇੱਕ ਖੁਦ ਫਾਰਮਰ ਹਾਂ, ਅਸੀਂ ਇਹ ਮਸ਼ੀਨਾਂ ਪਹਿਲਾਂ ਅੱਜ ਤੋਂ 2 ਮਹੀਨੇ ਪਹਿਲਾਂ ਮੈਂ ਉੜੀਸਾ ਦੇ ਵਿੱਚ ਪੂਰੀ ਇਹਨਾਂ ਦੀ ਟ੍ਰੇਨਿੰਗ ਲੈ ਕੇ ਆਇਆ, ਔਰ ਹੁਣ ਅਸੀਂ 2 ਮਹੀਨੇ ਤੋਂ ਪੂਰਾ ਇਹ ਵਰਕ ਕਰ ਰਹੇ ਹਾਂ ਫੀਲਡ ਦੇ ਵਿੱਚ, ਮਸ਼ੀਨਾਂ ਫਾਰਮਰ ਨੂੰ ਚਲਾ ਕੇ ਖੁਦ ਚਲਾ ਕੇ ਦੇਖ ਰਹੇ ਹਾਂ, ਦਿਖਾ ਰਹੇ ਹਾਂ। ਕਿਸੇ ਵੀ ਤਰ੍ਹਾਂ ਦੀ ਮਸ਼ੀਨੀਕਰਨ ਦੇ ਵਿੱਚ ਅਸੀਂ ਸਮੱਸਿਆ ਨਹੀਂ ਹੋਣ ਦੇਵਾਂਗੇ। ਮੈਂ ਕਿਸਾਨਾਂ ਨਾਲ ਵਾਅਦਾ ਕਰਦਾ ਹਾਂ ਵੀ ਤੁਹਾਨੂੰ ਸਰਵਿਸ ਦੀ ਔਰ ਜਿਹੜੀ ਮਸ਼ੀਨੀ ਦੀ ਟੈਕਨੀਕ ਦੀ ਕੋਈ ਕਮੀ ਨਹੀਂ ਹੈਗੀ। ਅੱਜ ਤੁਸੀਂ ਇਸ ਟੈਕਨੋਲੋਜੀ ਨੂੰ ਅਪਣਾਓ, ਲੇਬਰ ਤੋਂ ਖਹਿੜਾ ਛਡਾਓ, ਜਿਹੜੇ ਨਸ਼ੇ ਮੰਗਦੇ ਆ ਸਾਡੇ ਕੋਲੋਂ ਲੇਬਰ ਵਾਲੇ, ਨਾਲੇ ਸਾਡਾ ਟਾਈਮ ਵੇਸਟ ਹੁੰਦਾ, ਉਹ ਸਾਰਾ ਕੁਝ ਸਾਨੂੰ ਵੇਸਟ ਕਰਨ ਦੀ ਲੋੜ ਨਹੀਂ। ਫੋਰ ਐਗਜ਼ਾਮਪਲ, ਜਿਸ ਤਰ੍ਹਾਂ 100 ਕਿੱਲੇ ਦੀ ਇੱਕ ਫਾਰਮਰ ਖੇਤੀ ਕਰਦਾ ਵਾ, ਤਾਂ ਉਹਦਾ 3 ਲੱਖ ਰੁਪਈਆ ਜਿਹੜਾ ਉਹ ਲੇਬਰ ਬਣਦੀ ਆ। 1,20,000 ਜੇ ਇਸ ਮਸ਼ੀਨ 'ਤੇ ਸਬਸਿਡੀ ਆ ਜਾਂਦੀ ਆ, ਤਾਂ ਉਹਦੀ ਮਸ਼ੀਨ ਇੱਕੇ ਸੀਜ਼ਨ 'ਚ ਫ੍ਰੀ ਹੋ ਕੇ 10 ਰੁਪਈਏ ਉਹਦੀ ਜੇਬ 'ਚ ਫਿਰ ਆਉਂਦੇ ਆ। ਤੁਸੀਂ ਜਿਹੜੀਆਂ 2 ਮਸ਼ੀਨਾਂ ਤੁਹਾਡੇ ਕੋਲ ਆ, ਜਿਹੜਾ ਟੀਚਾ ਰੱਖਿਆ ਤੁਸੀਂ 300 ਏਕੜ ਦੀ ਗੱਲ ਕਰ ਰਹੇ ਹੋ, ਇਹ ਜਿਹੜੀ ਪਨੀਰੀ ਆ ਤੁਸੀਂ ਜਿਹੜਾ ਪੌਦੇ ਆ ਖੁਦ ਤਿਆਰ ਕੀਤਾ, ਜਾਂ ਜਿਹੜੇ ਫਾਰਮਰ ਦੀ ਤੁਹਾਡੇ ਤੋਂ ਬੁਕਿੰਗ ਹੋਈ ਆ ਉਹਨਾਂ ਨੇ ਵੀ ਆਪਣੇ ਤੌਰ 'ਤੇ ਉਹਨਾਂ ਤੋਂ ਵੀ ਤਿਆਰ ਕਰਵਾਇਆ? ਅਸੀਂ ਅਲੱਗ ਅਲੱਗ ਤਰ੍ਹਾਂ ਦੇ ਹੈਗੇ ਆ, ਜਿਸ ਕੁਝ ਤਾਂ ਫਾਰਮਰ ਨੇ ਸਾਨੂੰ ਵਰਾਇਟੀ ਦੱਸ ਦਿੱਤੀ ਆ ਵੀ ਅਸੀਂ ਆਹ ਵਰਾਇਟੀ ਦਾ ਝੋਨਾ ਲਾਉਣਾ ਔਰ 19 ਤਰੀਕ ਨੂੰ ਲਾਉਣਾ, ਉਹ ਅਸੀਂ ਵਰਾਇਟੀਆਂ ਬੀਜ ਰਹੇ ਹਾਂ, ਕੰਟੀਨਿਊਜ ਬੀਜ ਰਹੇ ਹਾਂ। ਤੁਹਾਨੂੰ ਮੈਂ ਖੇਤਾਂ 'ਚ ਦਿਖਾਉਣਾ ਜਾ ਕੇ, ਕੰਟੀਨਿਊਜ ਬੀਜ ਰਹੇ ਹਾਂ। ਸੈਕਿੰਡ ਫਾਰਮਰ ਉਹ ਆ ਜਿਹੜੇ ਕਹਿੰਦੇ ਵੀ ਨਰਸਰੀ ਅਸੀਂ ਆਪ ਬੀਜਾਂਗੇ, ਸਾਨੂੰ ਟ੍ਰੇਨਿੰਗ ਦੇ ਦਿਓ। ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਆ, ਉਹਨਾਂ ਨਰਸਰੀ ਬੀਜ ਦਿੱਤੀ ਆ, ਔਰ ਉਸ ਤੋਂ ਬਾਅਦ ਉਹਨਾਂ ਦੇ ਖੇਤ 'ਚੋਂ ਹੀ ਪੱਟ ਕੇ ਪਨੀਰੀ ਅਸੀਂ ਅਤੇ ਉਹਨਾਂ ਦੇ ਖੇਤ ਦੇ ਵਿੱਚ ਹੀ ਲਾ ਦਾਂਗੇ। ਕੁਝ ਫਾਰਮਰ ਨੇ ਇਸ ਵਾਰ ਮਸ਼ੀਨਾਂ ਸਾਡੇ ਕੋਲ ਖਰੀਦ ਵੀ ਲਈਆਂ ਵਾ, ਜਿਨ੍ਹਾਂ ਨੇ ਟ੍ਰਾਇਲ ਪਹਿਲਾਂ ਦੇਖ ਲਿਆ ਸੀ ਉਹਨਾਂ ਨੇ ਮਸ਼ੀਨਾਂ ਖਰੀਦ ਲਈਆਂ ਵਾ। 100-100, 200-200 ਏਕੜ ਵਾਲੇ ਫਾਰਮਰ ਜਿਹੜੇ ਸਾਡੇ ਕੋਲ ਉਹ ਇਸ ਵੇਲੇ ਝੋਨੇ ਦੀ ਬਿਜਾਈ ਜਿਹੜੀ ਉਹ ਮਸ਼ੀਨਾਂ ਨਾਲ ਲਾਉਣ ਦਾ 100% ਮਨ ਬਣਾ ਚੁੱਕੇ ਆ। ਕਿੰਨੀਆਂ ਮਸ਼ੀਨਾਂ ਦੀ ਸੁਲਤਾਨਪੁਰ ਲੋਧੀ ਜਾਂ ਆਪਾਂ ਜਿੰਨਾ ਵੀ ਆਪਣਾ ਦੁਆਬਾ ਜਿਹੜੇ ਆ ਕਿਹਾ ਜਾ ਸਕਦਾ, ਜਾਂ ਜਿੱਥੇ ਕੁ ਤੱਕ ਤੁਹਾਡੀ ਪਹੁੰਚ ਆ, ਕਿੰਨੀਆਂ ਕੁ ਮਸ਼ੀਨਾਂ ਜਿਹੜੀਆਂ ਇਸ ਵਾਰ ਇਸ ਤਕਨੀਕ ਨੂੰ ਅਪਣਾਏ ਕਿਸਾਨ? ਇਸ ਸੀਜ਼ਨ ਦੇ ਵਿੱਚ ਅਸੀਂ 20 ਮਸ਼ੀਨਾਂ ਦਾ ਟੀਚਾ ਮਿਥ ਕੇ ਚੱਲੇ ਹਾਂ ਵੀ ਵੱਧ ਤੋਂ ਵੱਧ 20 ਮਸ਼ੀਨਾਂ ਅਸੀਂ ਵੇਚੀਏ। ਸਾਡਾ ਮੇਨ ਚੀਜ਼ ਹੈਗਾ ਇਸ ਟੈਕਨੋਲੋਜੀ ਨੂੰ ਪ੍ਰਮੋਟ ਕਰਨਾ। ਸਾਨੂੰ ਪਤਾ ਜਦੋਂ ਇਸ ਫਾਰਮਰ ਨੂੰ ਇਸ ਚੀਜ਼ ਦੀ ਸਮਝ ਆ ਗਈ, ਅਗਲੇ ਸਾਲ ਮਸ਼ੀਨਾਂ ਉਹਨਾਂ ਨੇ ਆਪਣੇ ਆਪ ਲੈ ਲੈਣੀਆਂ ਵਾ। ਇਸ ਸੀਜ਼ਨ ਸਾਡੀ ਕੋਸ਼ਿਸ਼ ਆ ਹਰ ਪਿੰਡ ਦੇ ਵਿੱਚ ਇੱਕ ਟ੍ਰਾਇਲ ਕੀਤਾ ਜਾਵੇ, ਤਕਰੀਬਨ 3-4 ਏਕੜ ਦਾ ਜੋ ਸਾਡੀ ਮਸ਼ੀਨ ਇੱਕ ਦਿਨ 'ਚ ਲਾਉਂਦੀ ਆ, ਉਹਨਾਂ ਇੱਕ ਹਰੇਕ ਪਿੰਡ ਦੇ ਵਿੱਚ ਇੱਕ ਸਾਡਾ ਪ੍ਰਦਰਸ਼ਨੀ ਪਲਾਂਟ ਲੱਗਾ ਹੋਊਗਾ, ਔਰ ਅਗਲੇ ਸਾਲ ਸਾਨੂੰ ਔਰ ਫਾਰਮਰ ਨੂੰ ਕੋਈ ਝਿਜਕ ਨਹੀਂ ਰਹੂਗੀ ਮਸ਼ੀਨਾਂ ਲੈਣ 'ਚ ਔਰ ਸਾਨੂੰ ਵੇਚਣ 'ਚ। ਤੁਹਾਡਾ ਕਿੱਥੋਂ ਮਨ ਬਣਿਆ ਇਹ ਤਕਨੀਕ ਨੂੰ ਅਪਣਾਉਣ ਦਾ, ਔਰ ਤੁਸੀਂ ਕਿੱਥੋਂ ਇਹਦੀ ਸਿਖਲਾਈ ਲਈ ਆ? ਸਾਡਾ ਮਨ ਬਣਿਆ ਸਰ, ਮੈਂ ਨਾ 2-3 ਮਹੀਨੇ ਪਹਿਲਾਂ ਉੜੀਸਾ ਦੇ ਵਿੱਚ ਗਿਆ ਸੀ, ਸਾਡੀ ਕੰਪਨੀ ਦੀ ਮੀਟਿੰਗ ਸੀ, ਔਰ ਜਦੋਂ ਅਸੀਂ ਉੱਥੇ ਮੀਟਿੰਗ 'ਚੋਂ ਬਾਅਦ ਬਾਹਰ ਫੀਲਡ 'ਚ ਗਏ, ਉੱਥੇ ਉੜੀਸਾ ਦੇ ਵਿੱਚ 2 ਵਾਰ ਝੋਨਾ ਲੱਗਦਾ, ਔਰ ਉੱਥੇ 2-2 ਏਕੜ ਵਾਲਾ ਜਿਹੜਾ ਫਾਰਮਰ ਆ ਉਹ ਵੀ ਝੋਨਾ ਮਸ਼ੀਨਾਂ ਨਾਲ ਲਾ ਰਿਹਾ। ਜਦੋਂ ਅਸੀਂ ਉਹ ਫੀਲਡ ਦੇ ਵਿੱਚ ਗਏ ਫਾਰਮਰਾਂ ਨੂੰ ਮਿਲੇ, ਅਤੇ ਉਹਨਾਂ ਨੇ ਸਾਨੂੰ ਕਾਫੀ ਚੀਜ਼ਾਂ ਦੱਸੀਆਂ ਵੀ ਝੋਨਾ ਜਿਹੜਾ ਵਾ ਉਹ ਦੱਖਣ ਤੋਂ ਪਹਾੜ ਦੀ ਸਾਈਡ ਲਾਉਣਾ, ਉਹਦੇ ਵਿੱਚ ਧੁੱਪ ਪੈਂਦੀ ਆ ਔਰ ਬਿਮਾਰੀਆਂ ਜਿਹੜੀਆਂ ਉਹ ਘੱਟ ਲੱਗਦੀਆਂ। ਉਹ ਚੀਜ਼ਾਂ ਜਦੋਂ ਉਹਨਾਂ ਨਾਲ ਅਸੀਂ ਡਿਸਕਸ਼ਨ ਕੀਤੀਆਂ, ਫਿਰ ਉਹ ਚੀਜ਼ਾਂ 'ਤੇ ਅਸੀਂ ਉੱਥੇ 2 ਦਿਨ ਮਸ਼ੀਨਾਂ ਚਲਾ ਕੇ ਖੁਦ ਵੀ ਦੇਖੀਆਂ, ਉਸ ਤੋਂ ਬਾਅਦ ਇਹ ਮਨ ਸਾਡਾ ਬਣ ਗਿਆ ਵੀ ਇਹ ਵਾਕਿਆ ਹੀ ਟੈਕਨੀਕ ਸਹੀ ਆ। ਉਹ ਲੋਕ ਸਾਡੇ 'ਚ ਹੈ ਪਛੜੇ ਹੋਏ ਆ, ਲੇਕਿਨ ਸਾਡੇ ਤੋਂ ਟੈਕਨੋਲੋਜੀ ਵਾਈਜ਼ ਮੈਂ ਕਹੂੰਗਾ 10 ਸਾਲ ਅੱਗੇ ਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਭਾਗ ਜਿਹੜਾ ਪੰਜਾਬ ਆ, ਉਹਨਾਂ ਨਾਲ ਤੁਹਾਡਾ ਰਾਬਤਾ ਹੋਇਆ ਜਾਂ ਉਹਨਾਂ ਤੋਂ ਤੁਹਾਨੂੰ ਕੀ ਸਹਿਯੋਗ ਮਿਲਿਆ? ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ, ਐਗਰੀਕਲਚਰ ਡਿਪਾਰਟਮੈਂਟ ਕਪੂਰਥਲਾ ਔਰ PAU ਦੀ ਟੀਮ ਵੀ ਸਾਡੇ ਕੋਲ 2-4 ਵਾਰੀ ਮਿਲ ਕੇ ਗਈ ਆ, ਸਾਨੂੰ ਗਾਈਡ ਕਰਦੀ ਰਹਿੰਦੀ ਆ ਔਰ ਅਸੀਂ ਉਹਨਾਂ ਨਾਲ ਵੀ ਫੋਨ 'ਤੇ ਸੰਪਰਕ 'ਚ ਰਹਿੰਦੇ ਹਾਂ, ਕੋਈ ਸਾਡੇ ਕੋਲ ਗਲਤੀ ਨਾ ਹੋ ਜਾਵੇ। ਪੂਰਾ ਉਹਨਾਂ ਦੇ ਟੱਚ 'ਚ ਰਹਿ ਕੇ ਹੀ ਨਰਸਰੀ ਤਿਆਰ ਕਰ ਰਹੇ ਹਾਂ, ਜੋ ਵੀ ਉਹਨਾਂ ਨੂੰ ਖਾਦਾਂ ਦਵਾਈਆਂ ਪਾਉਣੀਆਂ ਵਾ ਉਹਨਾਂ ਦੇ ਕਹਿਣ 'ਤੇ ਹੀ ਅਸੀਂ ਵਰਤ ਰਹੇ, ਬਹੁਤ ਸਹਿਯੋਗ ਮਿਲ ਰਿਹਾ ਸਾਨੂੰ। ਤੁਹਾਡੇ ਨਾਲ ਕੋਈ ਨੇੜੇ ਤੇੜੇ ਦੇ ਕਿਸਾਨ ਸੰਪਰਕ ਕਰ ਰਹੇ ਇਸ ਤਕਨੀਕ ਨੂੰ ਅਪਣਾਉਣ ਵਾਸਤੇ? ਸਾਡੇ ਨਾਲ ਨੇੜੇ ਤੇੜੇ ਦੇ ਬਹੁਤ ਜ਼ਿਆਦਾ ਕਿਸਾਨ ਜਿਹੜੇ ਉਤਸ਼ਾਹਿਤ ਆ ਔਰ ਅਗਲੇ ਸਾਲ, ਮੈਂ ਇਸ ਸਾਲ ਤਾਂ ਕੁਛ ਲਿਮਿਟ ਵਿੱਚ ਕਹੂੰਗਾ, ਅਗਲੇ ਸਾਲ ਦੇਖ ਲਈਓ ਤੁਸੀਂ, ਸਰਕਾਰ ਸਬਸਿਡੀਆਂ ਦੇਵੇ ਔਰ ਮਸ਼ੀਨਾਂ ਦੀ ਜਿਹੜੀ ਉਹ ਪੂਰੀ ਲਵਾਈ ਮਸ਼ੀਨਾਂ ਨਾਲ ਹੀ ਹੋਊਗੀ। ਜੇ ਸਫਲਤਾ ਕਿਸੇ ਕਿਸਾਨ ਨੂੰ ਮਿਲਦੀ ਆ ਇਸ ਜਦੋਂ ਇਸ ਤਕਨੀਕ ਨੂੰ ਅਪਣਾਉਂਦਾ ਫਿਰ ਉਹ ਛੱਡ ਦਿੰਦਾ ਵਾ, ਕਿਸ ਤਰ੍ਹਾਂ ਤੁਸੀਂ ਉਹਨੂੰ ਮੋਟੀਵੇਟ ਕਰ ਸਕਦੇ ਹੋ ਵੀ ਉਹ ਇਸ, ਜੇ ਅਸਫਲ ਵੀ ਹੁੰਦਾ ਫਿਰ ਉਹ ਜਾਰੀ ਰੱਖੇ ਇਸ ਚੀਜ਼ ਨੂੰ? ਦੇਖੋ, ਜਿਹੜਾ ਕਿਸਾਨ ਅਸਫਲ ਹੋਊਗਾ ਸਫਲ ਵੀ ਉਹੀ ਹੋਊਗਾ, ਜਿਹੜਾ ਮੂਹਰੇ ਆਊਗਾ ਲੀਡ ਉਹੀ ਕਰੇਗਾ। ਹਾਂ, ਨਵੇਂ ਕੰਮ ਦੇ ਵਿੱਚ ਕਠਿਨਾਈਆਂ ਆਉਂਦੀਆਂ, ਇਹ ਨਹੀਂ ਆਉਂਦੀਆਂ, ਉਹਦੇ 'ਚ ਕੀ ਆ, ਨਰਸਰੀ ਬੀਜਣ ਦੇ ਵਿੱਚ ਗਲਤੀ ਲੱਗ ਸਕਦੀ ਆ, ਜਦੋਂ ਪੜਲਿੰਗ ਕਰਦੇ ਹਾਂ ਉਦੋਂ ਲੇਜਰ ਲੈਵਲਰ ਹੋਣਾ ਜ਼ਰੂਰੀ ਆ, ਉੱਥੇ ਮਿਸ ਨਾ ਹੋਣਾ ਚਾਹੀਦਾ, ਲੇਜਰ ਲੈਵਲਰ ਜ਼ਰੂਰੀ ਆ। ਇਹ ਨਹੀਂ ਕਿ ਟੈਕਨੋਲੋਜੀ ਕਾਮਯਾਬ ਨਹੀਂ ਜਾਂ ਇਹ ਮਸ਼ੀਨਾਂ ਕਾਮਯਾਬ ਨਹੀਂ, ਸਾਰਾ ਕੁਝ ਕਾਮਯਾਬ ਆ, ਰਿਜ਼ਲਟ ਦੇਵਾਂਗੇ ਅਸੀਂ ਫਾਰਮਰ ਨਾਲ, ਫਿਰ ਵਾਅਦਾ ਕਰਦੇ ਹਾਂ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਵੀ ਇਹ ਮਸ਼ੀਨਾਂ ਤੋਂ ਤੁਸੀਂ ਦੁਖੀ ਹੋ ਕੇ ਪਛਾਣ ਹੋ ਜਾਓ। ਨਹੀਂ, ਇਸ ਤਰ੍ਹਾਂ ਨਹੀਂ ਹੋਊਗਾ, ਸਾਡਾ 24 ਘੰਟੇ ਸਰਵਿਸ ਦਾ ਹੈਗਾ ਸਿਸਟਮ, ਅਸੀਂ ਸਰਵਿਸ ਡੋਰ ਟੂ ਡੋਰ ਦਿੰਦੇ ਹਾਂ, ਕਿਤੇ ਵੀ ਫਾਰਮਰ ਨੂੰ ਮਸ਼ੀਨ ਲੈ ਕੇ ਨਹੀਂ ਜਾਣੀ ਪੈਗੀ, ਅਸੀਂ ਉਹਦੇ ਕੋਲ ਚੱਲ ਕੇ ਜਾਵਾਂਗੇ, ਉਹਨੂੰ ਸਰਵਿਸ ਦੇਵਾਂਗੇ, ਕਿਸ ਤਰ੍ਹਾਂ ਨਹੀਂ ਕਾਮਯਾਬ ਹੋਏਗਾ, ਹਰ ਹਾਲਤ ਕਾਮਯਾਬ ਹੋਈ। ਇੱਥੇ ਮੱਕੀ ਦੀ ਬਿਜਾਈ ਵੀ ਕਿਸਾਨ ਕਰਦੇ, ਉਸ ਤੋਂ ਇਲਾਵਾ ਸਬਜ਼ੀਆਂ ਦੀ ਖੇਤੀ ਵੀ ਹੁੰਦੀ ਆ, ਇਸ ਤਰ੍ਹਾਂ ਦੀ ਖੇਤੀ ਵਿੱਚ ਜਦੋਂ ਮੱਕੀ 'ਚ ਵੀ ਰਹਿੰਦ ਖੂੰਹਦ ਰਹਿ ਜਾਂਦੀ, ਸਬਜ਼ੀਆਂ 'ਚ ਵੀ ਰਹਿ ਜਾਂਦੀ, ਉਹਨਾਂ ਖੇਤਾਂ 'ਚ ਕੀ ਇਹ ਤਕਨੀਕ ਆਪਣੀ ਵਰਤੀ ਜਾ ਸਕਦੀ ਆ? ਤੁਹਾਡਾ ਸਵਾਲ ਬਹੁਤ ਵਧੀਆ ਔਰ ਵਾਜਬ ਹੈ। ਜ਼ਿਮੀਂਦਾਰ ਭਰਾਵਾਂ ਦੇ ਸ਼ੰਕੇ ਆ ਵੀ ਮੱਕੀ ਦੇ ਵਿੱਚ ਇਹ ਮਸ਼ੀਨ ਚੱਲੇਗੀ ਕਿ ਨਹੀਂ ਚੱਲੇਗੀ। 100% ਗਰੰਟੀ ਆ, ਇਹ ਮਸ਼ੀਨਾਂ ਜਿਹੜੀਆਂ ਵਾ ਇਹ ਮੱਕੀ ਦੇ ਵਿੱਚ ਖੇਤਾਂ ਵਿੱਚ ਕੰਮ ਕਰਨਗੀਆਂ, ਸਿਰਫ ਅਤੇ ਸਿਰਫ ਜਦੋਂ ਤੁਸੀਂ ਅਗਲੇ ਸਾਲ ਮੱਕੀਆਂ ਬੀਜਣੀਆਂ, ਮੱਕੀ ਬੀਜਣ ਤੋਂ ਪਹਿਲਾਂ ਖੇਤਾਂ ਦੇ ਲੈਵਲ ਜ਼ਰੂਰ ਕਰੋ, ਜਦੋਂ ਤੁਹਾਡੇ ਖੇਤ ਦਾ ਲੈਵਲ ਹੋਏਗਾ ਉਸ ਤੋਂ ਬਾਅਦ ਅਸੀਂ ਮੱਕੀ ਦੇ ਹਾਰਵੈਸਟਿੰਗ ਕਰਕੇ ਸਿੱਧਾ ਡਾਇਰੈਕਟ ਕੱਦੂ ਕਰਕੇ ਪੜਲਿੰਗ ਕਰਕੇ ਅਤੇ ਅਸੀਂ ਇਹਨਾਂ ਮਸ਼ੀਨਾਂ ਨਾਲ ਝੋਨਾ ਲਾ ਸਕਦੇ ਹਾਂ, ਕੋਈ ਦਿੱਕਤ ਨਹੀਂ ਆਏਗੀ। ਔਰ ਸਮੇਂ ਸਿਰ ਤੁਹਾਨੂੰ ਫਿਰ ਦੁਬਾਰਾ ਅਸੀਂ ਦੱਸਾਂਗੇ, ਮੱਕੀ ਵਾਲੇ ਖੇਤਾਂ 'ਚ ਵੀ ਆਪਾਂ ਚਲਾ ਕੇ ਦਿਖਾਵਾਂਗੇ, ਕੋਈ ਦਿੱਕਤ ਨਹੀਂ। ਇਹ ਸਾਡੀ ਖੇਤੀਬਾੜੀ ਦੇ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਝੋਨੇ ਦੀ ਉਸ ਤਕਨੀਕ ਬਾਰੇ ਜਾਣਕਾਰੀ ਦਿੱਤੀ ਵੀ ਜਿਸ ਨਾਲ ਜਿਹੜਾ ਕਿਸਾਨ ਆ ਲੇਬਰ ਦੀ ਸਮੱਸਿਆ ਤੋਂ ਜਿਹੜਾ ਨਿਜਾਤ ਪਾ ਸਕਦਾ ਹੈ। ਹੋਰ ਵੀ NRI ਮੀਡੀਆ ਤੁਹਾਨੂੰ ਇਸ ਤਰ੍ਹਾਂ ਦੇ ਆਪਣੇ ਪ੍ਰੋਗਰਾਮ ਰਾਹੀਂ ਇਸ ਤਰ੍ਹਾਂ ਦੇ ਤਕਨੀਕਾਂ ਤੋਂ ਜਾਣੂ ਕਰਵਾਉਂਦਾ ਰਹੇਗਾ, ਜਿਨ੍ਹਾਂ ਦੇ ਨਾਲ ਕਿਸਾਨ ਆਸਾਨੀ ਨਾਲ ਆਪਣੀ ਖੇਤੀ ਦੇ ਪੱਧਰ ਨੂੰ ਉੱਚਾ ਲਿਜਾ ਸਕਦੇ ਹਨ। ਇੰਦਰਜੀਤ ਸਿੰਘ ਚਾਲ, ਕੈਮਰਾਮੈਨ ਗੁਰਦੇਵ ਸਿੰਘ ਪੱਟੀ ਦੇ ਨਾਲ, NRI ਮੀਡੀਆ, ਸੁਲਤਾਨਪੁਰ ਲੋਧੀ। ਬਹੁਤ ਸੋਹਣੀਆਂ ਹੋਈ ਆ ਪਨੀਰੀ ਜੀ, ਅਤੇ ਇਸ ਹਿਸਾਬ ਨਾਲ ਸਾਨੂੰ ਲੱਗਦਾ ਵੀ ਰਿਜ਼ਲਟ ਵਧੀਆ ਆਵੇਗਾ। ਕਬੋਟਾ ਕੰਪਨੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆ ਕੇ ਇਹ ਆਪਣਾ ਕੀਮਤੀ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਵਾਸਤੇ ਆਪਣਾ ਟਾਈਮ ਕੱਢਿਆ ਵਾ, ਅਤੇ ਲੋਕਾਂ ਵੱਲ ਗੁਰਦੁਆਰੇ ਪੈਲੀ ਦੇ ਵਿੱਚ ਲਾਈ। ਤੁਹਾਨੂੰ ਕੀ ਲੱਗਦਾ ਵੀ ਇਹ ਕਾਮਯਾਬ ਹੋਵਾਂਗੇ ਇਸ ਕੰਮ ਦੇ ਵਿੱਚ? ਇਹ ਜਿਸ ਹਿਸਾਬ ਨਾਲ ਪਨੀਰੀ ਹੋਈ ਹੈ ਜੀ, ਉਸ ਹਿਸਾਬ ਨਾਲ ਪਨੀਰੀ ਜਿਹੜੀ ਆ